ਤਰਨ ਤਾਰਨ ਦੇ ਜ਼ਿਲ੍ਹਾ ਸਿੱਖਿਆ ਸਮਾਜਿਕ ਅਫਸਰ ਵੱਲੋਂ ਤਰਨ ਤਾਰਨ ਦੇ ਸ਼ਹਿਰ ਵਿੱਚ ਅਨਾਊਂਸਮੈਂਟ ਰਾਹੀਂ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ ਅਤੇ ਅੰਗਹੀਣ ਪੈਨਸ਼ਨ ਲੈਣ ਵਾਲੇ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਤਰਨ ਤਾਰਨ ਨਗਰ ਕੌਂਸਲ ਵਿੱਚ ਆਪਣੇ ਆਧਾਰ ਕਾਰਡ ਕਾਪੀ, ਬੈਂਕ ਕਾਪੀ ਜਮ੍ਹਾਂ ਕਰਵਾ ਦੇਣ ਅਤੇ ਇਸ ਦੀ ਲਾਸਟ ਡੇਟ 31 ਮਾਰਚ ਹੈ। ਇਹਨਾਂ ਹੁੰਦੇਦਾਰ ਹੀ ਤਰਨ ਤਾਰਨ ਦੇ ਨਗਰ ਕੌਂਸਲ ਵਿੱਚ ਬਹੁਤ ਵੱਡੀਆਂ ਬਜ਼ੁਰਗਾਂ ਅਤੇ ਔਰਤਾਂ ਦੀਆਂ ਲਾਈਨਾਂ ਲੱਗ ਗਈਆਂ ਹਨ ਅਤੇ ਉਹ ਆਪਣੀਆਂ ਕਾਪੀਆਂ ਜਮ੍ਹਾਂ ਕਰਵਾ ਰਹੇ ਹਨ। ਉਮੀਦ ਹੈ ਕਿ ਇਹਨਾਂ ਨੂੰ ਜਲਦੀ ਹੀ ਪੈਨਸ਼ਨ ਲਾ ਦਿੱਤੀ ਜਾਵੇਗੀ। 2 ਮਹੀਨੇ ਕਿ 4 ਮਹੀਨੇ ਸਰਕਾਰ ਦਊ, ਫਿਰ ਉਹਨਾਂ ਦੀ ਆਸ ਰੱਖੀ ਜਾਊਗੀ ਕੀ ਕਹਿੰਦੇ ਕੀ ਦਿੰਦੇ ਕੀ ਨਹੀਂ ਦਿੰਦੇ। ਵਾਸਤੇ ਆ ਜਿਵੇਂ ਪੈਸੇ ਲੱਗੀ ਉਹਨਾਂ ਨੂੰ ਵਧਾਉਣੀ ਚਾਹੀਦੀ। ਇਹ ਤੁਹਾਨੂੰ ਪਤਾ ਇਹ ਪੱਕੀ ਗੱਲ, ਤੁਹਾਨੂੰ ਦੱਸਿਆ ਗਿਆ ਸੀ ਪੈਨਸ਼ਨ ਵਧਾਉਣ ਵਾਸਤੇ ਸਾਰੇ ਹੀ ਆ ਰਲੇ ਬੜੇ ਜਿਹਨਾਂ ਦੀ ਪੈਨਸ਼ਨ ਲੱਗੀ ਹੋਈ ਹੈ ਅੰਦਰਪਾਲ ਅਤੇ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਆਇਆ ਹੈ ਕਿ ਇਹਨਾਂ ਦੇ ਆਪਣਾ ਪੈਨਸ਼ਨ ਦੇ ਆਧਾਰ ਕਾਰਡ ਅਤੇ ਪੈਨਸ਼ਨ ਦੀ PR ਨੰਬਰ ਉਹ ਇਹਨਾਂ ਨਾਲ ਲਿੰਕ ਕੀਤੇ ਜਾਣ, ਇਸ ਕਰਕੇ ਸਾਰਿਆਂ ਨੂੰ ਬੁਲਾਇਆ। ਅਤੇ ਬੁਢਾਪਾ ਪੈਨਸ਼ਨ ਵਾਲੇ ਆਏ ਆ, ਅੰਗਹੀਣ ਪੈਨਸ਼ਨ ਅਤੇ ਜਿਹੜੇ ਵਿਧਵਾ ਪੈਨਸ਼ਨ ਵਾਲੇ ਅਤੇ ਉਹਨਾਂ ਵਾਸਤੇ ਸਰ ਕੀ ਇਹ ਔਨਲਾਈਨ ਸਾਰਾ ਸਿਸਟਮ ਕਰਨ ਵਾਸਤੇ ਆ? ਹਾਂਜੀ ਔਨਲਾਈਨ, ਤਾਂ ਕਿ ਜੋ ਲੋਕ ਖਰਾਬ ਨਾ ਹੋਣ। ਇਹ ਸਰ ਪਹਿਲਾਂ ਨਹੀਂ ਵੇਖਣ ਨੂੰ ਮਿਲੇਗੀ ਕਰਨਾ ਚਾਹੀਦਾ ਸੀ ਪਹਿਲਾਂ? ਪਹਿਲਾਂ ਜਿਸ ਤਰ੍ਹਾਂ ਸਰਕਾਰ ਦੀ ਪਾਲਿਸੀ ਆਉਂਦੀ ਆ ਉਸ ਹਿਸਾਬ ਨਾਲ ਸਾਨੂੰ ਚੱਲਦਾ। ਅਤੇ ਇਹ ਹੁਣ ਤੁਸੀਂ ਇਹ ਕਿਵੇਂ ਵੇਖਣ ਦੇ ਜੋਗੇ ਕਿੰਨਾ ਰਸ਼ ਪਿਆ ਹੋਇਆ ਵਾ? ਕਈ ਮੰਨਦੇ ਕਿ ਪਹਿਲਾਂ ਦੱਸਿਆ ਨਹੀਂ ਗਿਆ ਅਤੇ ਹੁਣ ਇਹਨਾਂ ਨੇ ਸ਼ੁਰੂ ਕਰਵਾ ਕਰਤੀ ਆ? ਇਹ ਪਹਿਲਾਂ ਹੀ ਸ਼ੁਰੂ ਸੀਗਾ, ਬਾਅਦ 'ਚ ਇਹਨਾਂ ਨੂੰ ਆਪਣਾ ਕਿਹਾ ਗਿਆ ਸੀ ਉਹ ਜੋ ਸਰਕਾਰ ਦੀ ਹਦਾਇਤ ਆਉਂਦੀ ਆ ਉਹਦੇ ਅਨੁਸਾਰ ਕਰਨਾ ਪੈਂਦਾ। ਅਤੇ ਸਰ ਇਹ ਕਿੰਨਾ ਸਮਾਂ ਚੱਲੇਗਾ, ਕਿੰਨੇ ਚਿਰ ਵਾਸਤੇ ਹੈਗਾ ਜੀ? ਇਹ 31 ਮਾਰਚ ਤੋਂ ਪਹਿਲਾਂ ਹੈ ਜੀ, ਇਹ ਕਲੀਅਰ ਕਰਨੀ ਹੈ। ਅਗਰ ਕੋਈ ਨਹੀਂ ਜਮ੍ਹਾਂ ਕਰਾਉਂਦਾ ਉਹਦੀ ਗਲਤੀ ਹੋਵੇਗੀ ਉਹਦੇ ਵਿੱਚ, ਫਿਰ ਉਹਨੂੰ ਆਪਣਾ ਦੁਬਾਰਾ ਲਿਖਿਆ ਜਾਊਗਾ ਕਿ ਆਪਣੇ ਦੁਬਾਰਾ ਜਮ੍ਹਾਂ ਕਰਵਾ ਸਕਦੇ।